ਕਿਤੇ ਢੋਲ ਵੱਜਦਾ ਓਏ ਕਿਤੇ ਚਿਮਟਾ ਬਾਲੀਵੁੱਡ ਅਦਾਕਾਰ ਤੇ ਸਿਆਸਤਦਾਨ ਵਿਨੋਦ ਖੰਨਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਕਰੀਬ 12 ਵਜੇ ਸਾਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਜਨਮ ਲਹਿੰਦੇ ਪੰਜਾਬ ਦੇ ਪੇਸ਼ਾਵਰ 'ਚ 6 ਅਕਤੂਬਰ 1946 ਨੂੰ ਹੋਇਆ ਸੀ। ਇੱਧਰ ਗ੍ਰੀਨ ਟੀ ਹੌਟ ਹੈ ਅਤੇ ਇੱਧਰ ਬੰਦਾ ਵੀ ਬੜਾ ਹੌਟ ਐਂਡ ਹੈਪਨਿੰਗ ਹੈ, ਜਿਹਦਾ ਸਵੈਗ ਵੱਖਰਾ ਹੈ। ਸਾਡਾ ਲਵਿੰਦਰ ਭਾਅ ਜੀ, ਜੀ ਆਇਆਂ ਨੂੰ ਭਾਅ ਜੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ? ਮੇਰਾ ਫਿਟ ਐਂਡ ਫਾਈਨ। ਗ੍ਰੀਨ ਟੀ ਹੌਟ ਹੈ ਕਿ? ਹੌਟ ਹੈ ਜੀ, ਹੌਟ ਪੂਰੀ ਪੂਰੀ। ਬੰਦਾ ਵੀ ਪੂਰਾ ਹੌਟ, ਥੋੜ੍ਹਾ ਜਿਹਾ। ਭਾਅ ਜੀ, ਪਹਿਲੇ ਤਾਂ ਸਵਾਲ ਇਹੀ ਦਿਮਾਗ 'ਚ ਆਉਂਦਾ ਕਿ ਕਿਹੜੀਆਂ ਚੀਜ਼ਾਂ ਨੇ ਜਿਹੜਾ ਇੱਕ ਸਵੈਗ ਨੂੰ ਬੜਾ ਵੱਖਰਾ ਕਰਦੀਆਂ ਨੇ, ਕਿਹੜੇ 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 ਪੁਆਇੰਟਸ ਹੁੰਦੇ ਨੇ ਤਾਂ ਕਿ ਤੁਹਾਨੂੰ ਜਿਹੜੇ ਫੋਲੋ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਯਾਰ ਇਹ ਪੁਆਇੰਟਸ ਨੇ, ਇਹਨਾਂ ਉੱਤੇ ਖਰੇ ਉਤਰੋਗੇ ਤਾਂ ਸਵੈਗ ਵੱਖਰਾ ਹੋ ਜਾਏ। ਹਰ ਬੰਦੇ ਦਾ ਆਪਣਾ ਆਪਣਾ ਸਵੈਗ ਹੁੰਦਾ ਜੀ ਮੈਨੂੰ ਲੱਗਦਾ, ਅਤੇ ਹਰੇਕ ਬੰਦੇ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ, ਅਤੇ ਉਹ ਚਾਹੇ ਉਹ ਮਤਲਬ ਸੂਟਡ ਬੂਟਡ ਹੋਵੇ, ਚਾਹੇ ਉਹ ਕੁੜਤਾ ਪਜਾਮਾ ਹੋਵੇ, ਅਤੇ ਜੋ ਵੀ ਮਤਲਬ ਆਪਣੇ ਕਲਚਰ ਨੂੰ ਅਟੈਚਡ ਹੋਵੇ ਅਤੇ ਬੰਦਾ ਆਪਣੇ ਅੰਦਰੋਂ ਸਹੀ ਹੋਣਾ ਚਾਹੀਦਾ ਕਿ ਮਤਲਬ ਜੋ ਵੀ ਪਾ ਰਿਹਾ ਉਹਨੂੰ ਆਪਣੇ ਉੱਤੇ ਕੌਨਫੀਡੈਂਸ ਹੋਣਾ ਚਾਹੀਦਾ ਕਿ ਹਾਂ ਦਿਸ ਇਜ਼ ਮਾਈ ਸਵੈਗ। ਉਹ ਪਹਿਲਾ ਮੌਕਾ ਸੀ ਜਦ ਕਾਲਜ ਵਿੱਚ ਪੜ੍ਹਦੇ ਸੀ ਜਾਂ ਸਕੂਲ ਦੇ ਵਿੱਚ, ਜਦ ਖਾਸ ਤੌਰ 'ਤੇ ਕਿਸੇ ਮੁਟਿਆਰ ਨੇ ਆ ਕੇ ਕਿਹਾ ਹੋਇਆ ਕਿ ਯਾਰ ਕਿਆ ਪਰਸਨੈਲਿਟੀ ਹੈ, ਸਵੈਗ ਬੜਾ ਵੱਖਰਾ ਹੈ, ਉਹ ਜਦੋਂ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਵਾਕਈ ਯਾਰ ਕੁਛ ਹੈ, ਕੁਛ ਡਿਫਰੈਂਟ ਗੱਲ? ਹਾਂਜੀ, ਮੈਂ ਜਦੋਂ ਵੀ ਮਤਲਬ ਕਾਲਜ ਦੇ ਵਿੱਚ ਵੀ ਹੁੰਦਾ ਸੀਗਾ ਨਾ, ਮੈਂ ਥੋੜ੍ਹਾ ਜਿਹਾ ਲੱਗ ਰਿਹਾ ਕਿ ਰਾਜੀ ਹੁੰਦਾ ਸੀ, ਜਿੱਦਾਂ ਤੁਸੀਂ ਕਹਿ ਲਓ ਕਿ ਵੱਖਰਾ ਜਿਹਾ ਹੈ ਨਾ, ਅਤੇ ਦੇਖਣ 'ਚ ਵੀ ਮੈਂ ਥੋੜ੍ਹੇ ਜਿਹੇ ਮੇਰੇ ਵਾਲ ਇੱਥੋਂ ਥੋੜ੍ਹੇ ਜਿਹੇ ਲੰਬੇ ਹੁੰਦੇ ਸੀ, ਕਦੇ ਫੋਨ ਨਹੀਂ ਕੀਤੀ ਹੁੰਦੀ, ਕੋਈ ਇੱਦਾਂ ਦਾ ਕਰਦਾ ਰਹਿੰਦਾ ਸੀਗਾ, ਅਤੇ ਉਹ ਵੱਖਰਾ ਮਤਲਬ ਇੱਕ ਸ਼ੁਰੂ ਤੋਂ ਨਾਲ ਇੱਕ ਵੱਖਰਾ ਰਹਿਣ ਦੀ ਆਦਤ, ਉਹ ਸਾਡਾ ਗਰੁੱਪ ਹੁੰਦਾ ਸੀ ਇੱਕ 5-6 ਜਣਿਆਂ ਦਾ, ਅਤੇ ਉਦਾਂ ਦੇ ਹੀ ਅਸੀਂ ਹੁਣ ਵੀ ਅੱਜ ਵੀ ਉਹੀ ਗਰੁੱਪ ਹੈ, ਅਤੇ ਉੱਦਾਂ ਹੀ ਅਸੀਂ। ਅਤੇ ਕਿਹੜੇ ਕਿਹੜੇ ਵੱਖਰੀ ਖੁਰਾਫਾਤ ਜਿਹੜੀ ਉਸ ਗਰੁੱਪ ਨੇ ਕੀਤੀਆਂ, ਕਦੇ ਕਾਲਜ ਦੇ ਵਿੱਚ ਜਾਂ ਬਾਹਰ ਘੁੰਮਦੇ ਫਿਰਦੇ? ਬਥੇਰਾ ਕੁਝ ਕੀਤਾ ਜੀ, ਜੀਪ 'ਤੇ ਹੁੰਦੇ ਸੀ, ਕਦੇ ਬੁਲਟਾਂ 'ਤੇ ਹੁੰਦੇ ਸੀਗੇ, ਅਤੇ ਕਾਫੀ ਕੁਛ ਕੀਤਾ ਅਸੀਂ ਫਨ ਆਪਣੇ ਟਾਈਮ ਦੇ ਵਿੱਚ, ਹੈ ਨਾ, ਅਤੇ ਕਾਫੀ ਮਤਲਬ ਛੇੜਖਾਨੀਆਂ ਵੀ ਕੀਤੀਆਂ, ਕਾਫੀ ਮਤਲਬ ਸ਼ਰਾਰਤਾਂ ਵੀ ਕੀਤੀਆਂ, ਅਤੇ ਕਾਫੀ ਇੰਜੋਏ ਕੀਤਾ। ਅਤੇ ਗਰੁੱਪ ਦੇ ਵਿੱਚ ਕਿਉਂਕਿ ਮਿੱਤਰਾਂ ਦੀ ਜਦ ਮਹਿਫਿਲ ਲੱਗਦੀ ਹੁੰਦੀ ਹੈ, ਅਤੇ ਉਹਦੇ ਵਿੱਚ ਜੇ ਕੋਈ ਸੈਲੀਬ੍ਰਿਟੀ ਹੋਵੇ ਜਾਂ ਕਹਿ ਸਕਦਾ ਕਿ ਜਿਹ 'ਚ ਕੋਈ ਵੱਖਰਾ ਟੈਲੈਂਟ ਹੋਵੇ, ਖਾਸ ਤੌਰ 'ਤੇ ਗਾ ਸਕਦਾ ਹੋਵੇ, ਅਤੇ ਮਿੱਤਰਾਂ ਦੀ ਮਹਿਫਿਲ ਦੇ ਵਿੱਚ ਕਿਹੜੇ ਕਿਹੜੇ ਗੀਤ ਵਜਿਆ ਕਰਦੇ ਸੀ ਜਾਂ ਤੁਹਾਨੂੰ ਕਿਹਾ ਜਾਂਦੇ, ਫਰਮਾਇਸ਼ਾਂ ਕਿਹੜੀਆਂ ਕਿਹੜੀਆਂ ਆਉਂਦੀਆਂ ਸੀ? ਮੈਂ ਬਹੁਤ ਗਾਇਆ ਜੀ, ਮੈਂ ਮਾਨਕ ਸਾਹਿਬ ਨੂੰ ਬਹੁਤ ਗਾਇਆ, ਅਤੇ ਮੈਂ ਸਰਦੂਲ ਸਿਕੰਦਰ ਦੇ ਗਾਣੇ ਵੀ ਗਾਏ, ਗੁਰਦਾਸ ਮਾਨ ਸਾਹਿਬ ਨੂੰ ਗਾਇਆ, ਬੱਬੂ ਮਾਨ ਨੂੰ ਬਹੁਤ ਗਾਇਆ, ਹੈ ਨਾ, ਅਮਰਿੰਦਰ ਗਿੱਲ, ਅਤੇ ਮੈਂ ਇਹਨਾਂ ਨੂੰ ਬਹੁਤ ਗਾਇਆ, ਅਮਰਿੰਦਰ ਗਿੱਲ ਨੂੰ ਬਹੁਤ ਗਾਇਆ, ਇਹਨਾਂ ਦਾ ਇੱਕ ਪਹਿਲਾ ਗਾਣਾ ਹੁੰਦਾ ਸੀਗਾ ਮੇਲੇ ਉਹ ਕੁੜੀ, ਹੈ ਨਾ, ਅਤੇ ਫਿਰ ਬਿਨਾਂ ਪੁੱਛੇ ਦਿਲ, ਇੱਦਾਂ ਗੱਲ ਬਣਨੀ ਨਹੀਂ, ਅੱਜ ਮਹਿਫਿਲ ਸਾਡੀ ਵੀ ਮਿੱਤਰਾਂ ਦੀ ਮਹਿਫਿਲ ਹੈ, ਜੇ ਗਾਣਾ ਤੁਸੀਂ ਗੁਣ ਸੁਣਾਈ ਦਿਓ ਥੋੜ੍ਹਾ ਜਿਹਾ। ਹਾਂ, ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ, ਕਿੰਜ ਲੱਗਦਾ ਏ ਮੇਰੇ ਬਿਨਾਂ ਰਹਿਣਾ ਉਸਨੂੰ, ਜੇ ਮਿਲੇ ਉਹ ਕੁੜੀ, ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸਨੂੰ, ਜੇ ਮਿਲੇ ਉਹ ਕੁੜੀ,
ਤੇ ਉਹ ਕੁੜੀ ਮਿਲੇਗੀ ਨਹੀਂ ਕਿਉਂਕਿ ਹੁਣ ਤੁਸੀਂ ਗੀਤ ਆਇਆ ਉਹ 'ਚ ਕਹਿ ਰਹੇ ਹੋ ਕਿ ਤੂੰ ਮੇਰੀ ਕੀ ਲੱਗਦੀ? ਲੱਭ ਰਹੇ ਹਾਂ ਜੀ, ਲੱਭ ਜੂਗੀ ਮੈਨੂੰ ਲੱਗਦਾ ਜਲਦੀ, ਆਹ ਗਾਣੇ ਤੋਂ ਬਾਅਦ ਲੱਭ ਜੂਗੀ ਤੂੰ ਮੇਰੀ ਕੀ ਲੱਗਦੀ ਤੋਂ ਬਾਅਦ ਹਜੇ ਨਹੀਂ ਲੱਭੀ। ਮਤਲਬ ਭਾਜੀ ਵੱਲੋਂ ਓਪਨ ਆਫਰ ਜਿਹੜੀ ਉਹ ਦੇ ਦਿੱਤੀ ਗਈ ਕਿ ਉਹ ਲੱਭਣ ਲੱਭ ਰਹੇ ਨੇ, ਅਤੇ ਜਿਹਨਾਂ ਦੇ ਪ੍ਰੋਫਾਈਲ ਨੇ ਉਹਨਾਂ ਨੂੰ ਕਿਹੜਾ ਮੇਲ ਆਈ ਡੀ ਕੋਈ ਹੋਏਗਾ ਜਿੱਥੇ ਸੈਂਡ ਕਰ ਸਕਦੇ? ਪੇਜ 'ਤੇ ਕਰ ਸਕਦੇ ਜੀ, ਮੇਰੇ ਫੇਸਬੁੱਕ ਪੇਜ 'ਤੇ। ਮਤਲਬ ਫੇਸਬੁੱਕ ਪੇਜ 'ਤੇ ਤੁਸੀਂ ਸ਼ੇਅਰ ਕਰ ਦਿਓ, ਆਪਣਾ ਆਪਣਾ ਪ੍ਰੋਫਾਈਲ ਭੇਜ ਦਿਓ, ਫਿਰ ਭਾਅ ਜੀ ਵੇਖ ਲੈਂਦੇ ਸਿਲੈਕਟ, ਜਾਂ ਇਹਦੇ ਵਾਸਤੇ ਸੈਪਰੇਟ ਸਾਨੂੰ ਹੋ ਸਕਦਾ ਸਵੈਂਬਰ ਵੀ ਕਰਾਉਣਾ ਪਏ। ਭਾਅ ਜੀ ਬਸ ਇੱਦਾਂ ਕਿ ਕੰਮ ਲੱਗਿਆ ਜੀ, ਮਤਲਬ ਇੰਨਾ ਕੁ ਜ਼ਰੂਰੀ ਇੱਦਾਂ ਸਮਝਦਾ ਕਿ ਪਹਿਲਾਂ ਮਿਊਜ਼ਿਕ ਬਹੁਤ ਜ਼ਰੂਰੀ ਹੈ ਕਿ ਜੇ ਤੁਹਾਨੂੰ ਕਿਸੇ ਚੀਜ਼ ਮਤਲਬ ਕਿਸਮਤ ਨੇ ਤੁਹਾਨੂੰ ਇਸੇ ਲਾਈਨ ਦੇ ਵਿੱਚ ਵਾੜਿਆ ਅਤੇ ਇਹਦਾ ਮਤਲਬ ਕੋਈ ਤਾਂ ਇਹਦਾ ਰੀਜ਼ਨ ਹੋਊਗਾ ਹੀ, ਅਤੇ ਉਸੇ ਕੰਮ ਲੱਗੇ ਹੋਏ ਹਾਂ ਪਹਿਲਾਂ, ਅਤੇ ਜੋ ਵਧੀਆ ਬਣਾ ਸਕਦੇ ਹਾਂ ਅਤੇ ਉਹਦੇ 'ਤੇ ਮਿਹਨਤ ਕਰ ਰਹੇ ਹਾਂ, ਅਤੇ ਮੈਨੂੰ ਲੱਗਦਾ ਕਿ ਜਲਦੀ ਕੁਛ ਨਾ ਕੁਛ ਹੋਰ ਇੱਦੂ ਵੀ ਵਧੀਆ ਕਰਾਂਗੇ। ਸਾਡੀ ਇੱਕ ਗੱਲ ਮਾੜੀ ਜਿੱਥੇ ਅੜ ਜੇ ਗਰਾਰੀ, ਜਿੰਦ ਵਿੱਚ ਕੇ ਵੀ ਬੋਲ ਨੂੰ ਵਗਾਈਦਾ, ਬਾਬਾ ਜਿੱਥੇ ਵੀ ਉਹ ਰੱਖੇ ਖੁਸ਼ ਰਹੀਏ ਖੇੜੇ ਮੱਥੇ, ਕਿਸੇ ਦਾ ਵੀ ਹੱਕ ਨਹੀਂ ਉਖਾਈਦਾ। ਇਹਨੀ ਇੰਸਟੈਂਟ ਸਕਸੈਸ ਜਿਹੜੀ ਹੈ ਕਿਹਾ ਜਾਂਦਾ ਕਿ ਸਿਰ 'ਤੇ ਚੜ੍ਹਦੀ ਉਹ ਇਕਦਮ, ਮਤਲਬ ਓਵਰਨਾਈਟ ਸਕਸੈਸ ਜਿਹੜੀ, ਓਵਰਨਾਈਟ ਸਟਾਰਡਮ ਜਿਹੜਾ ਉਹ ਸਿਰ 'ਤੇ ਚੜ੍ਹਦਾ ਤੁਹਾਡੇ ਸਾਹਮਣੇ? ਨਹੀਂ, ਮੈਨੂੰ ਨਹੀਂ ਲੱਗਦਾ ਜੀ ਕਿ ਇੱਦਾਂ, ਮਤਲਬ ਕਿਉਂਕਿ ਹੁਣ ਮੈਨੂੰ ਇੱਕ ਗਾਣੇ ਨੇ ਮਤਲਬ ਕਿੱਥੋਂ ਕਿੱਥੇ ਲਿਆਂਦਾ ਹੈ ਨਾ, ਅਤੇ ਪਰ ਮੈਂ ਫਿਰ ਵੀ ਉੱਦਾਂ ਦਾ ਹੀ ਹਾਂ। ਮੈਨੂੰ ਲੱਗਦਾ ਕਿ ਜਦੋਂ ਵੀ ਪਹਿਲਾਂ ਵੀ ਉੱਥੇ ਯਾਰਾਂ ਦੋਸਤਾਂ ਦੇ ਵਿੱਚ ਫਨ ਕਰਦਾ ਫਿਰਦਾ ਹੁੰਦਾ ਸੀ, ਅੱਜ ਵੀ ਉੱਦਾਂ ਹੀ ਹੈ ਨਾ, ਉਹੀ ਯਾਰ ਨੇ ਜੋ ਪਹਿਲੇ ਵੀ ਸੀਗੇ, ਹੈ ਨਾ। ਅਤੇ ਮਤਲਬ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਕਿ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਸਿਰ 'ਤੇ ਜਨੂੰਨ, ਮਤਲਬ ਸ਼ੋਹਰਤ ਦਾ ਕੀ ਆ, ਇੱਕ ਮੁੱਕੀ ਜਾਣਾ ਕਹਿੰਦੇ ਹੁੰਦੇ, ਹੈ ਨਾ। ਅਤੇ ਠੀਕ ਠੀਕ ਰਹਿਣਾ ਚਾਹੀਦਾ ਬੰਦੇ ਨੂੰ, ਗਰਾਊਂਡ ਟੂ ਅਰਥ ਰਹਿਣਾ ਚਾਹੀਦਾ। ਕਦੇ ਜਿਹਨਾਂ ਦੇ ਗੀਤ ਗਾਉਂਦੇ ਸੀ, ਜਿਹਨਾਂ ਦਾ ਜ਼ਿਕਰ ਤੁਸੀਂ ਹੁਣੇ ਵੀ ਕੀਤਾ, ਅੱਜ ਉਹ ਮਿਲਦੇ ਨੇ ਅਤੇ ਉਹ ਤੁਹਾਨੂੰ ਇੱਕ ਸੈਲੀਬ੍ਰਿਟੀ ਦੇ ਤੌਰ 'ਤੇ ਮਿਲਦੇ ਨੇ, ਉਹਨਾਂ ਵੱਲੋਂ ਕੀ ਫੀਡਬੈਕ ਤੁਹਾਨੂੰ ਮਿਲਦਾ ਅਤੇ ਕਿਹਦਾ ਫੀਡਬੈਕ ਤੁਹਾਡੇ ਲਈ ਬੜਾ ਇੰਪੋਰਟੈਂਟ ਤੁਸੀਂ ਮੰਨਦੇ ਹੋ ਹੈ? ਮੈਨੂੰ ਇੱਕ ਗੱਲ ਮੈਂ ਕਹਿੰਦਾ, ਮੈਨੂੰ ਬੁਰੀ ਲੱਗਦੀ ਹੈ ਕਿ ਕੋਈ ਵੀ ਸੀਨੀਅਰ ਕਦੇ ਵੀ ਕਿਸੇ ਨੂੰ ਆਪਣੇ ਮਤਲਬ ਜੋ ਨਵਾਂ ਟੈਲੈਂਟ ਉਹਨੂੰ ਐਪਰੀਸ਼ੀਏਟ ਨਹੀਂ ਕਰਦਾ, ਮੈਨੂੰ ਲੱਗਦਾ। ਅਤੇ ਪਰ ਮੈਨੂੰ ਕੁਛ ਕੁ ਜਿੱਦਾਂ ਲਖਵਿੰਦਰ ਬਡਾਲੀ ਸਾਹਿਬ ਮੈਨੂੰ ਮਿਲੇ ਸੀ PTC ਅਵਾਰਡਸ 'ਤੇ, ਹੈ ਨਾ, ਅਤੇ ਸਲੀਮ ਭਾਜੀ ਮਿਲੇ, ਹੈ ਨਾ, ਅਤੇ ਫਿਰੋਜ਼ ਖਾਨ, ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਅਤੇ ਮੈਨੂੰ ਲੱਗਾ ਕਿ ਹਾਂ ਯਾਰ ਇਹ ਬੰਦੇ ਨੂੰ ਮੈਂ ਸੁਣਦਾ ਸੀਗਾ, ਗਾਉਂਦਾ ਸੀਗਾ, ਅਤੇ ਇਹਨਾਂ ਨੇ ਮੈਨੂੰ ਮਤਲਬ ਐਡੀ ਮਤਲਬ ਘੁੱਟ ਕੇ ਜੱਫੀ ਪਾਈ, ਇਹਦਾ ਮਤਲਬ ਕੁਛ ਤਾਂ ਮੈਂ ਕਰ ਲਿਆ, ਕੁਛ ਤਾਂ ਹਾਸਲ ਕੀਤਾ ਜਿਹੜਾ ਕਿ ਇਹਨਾਂ ਫਨਕਾਰਾਂ ਦੇ ਵਿੱਚ ਮੈਂ ਤੁਰਿਆ ਫਿਰਦਾ। ਅੱਜ ਫੈਨਸ ਨੂੰ ਇਹ ਸ਼ਿਕਾਇਤ ਵੀ ਰਹੀ ਕਿ ਵੱਖਰਾ ਸਵੈਗ ਆਇਆ, ਉਸ ਤੋਂ ਬਾਅਦ ਅੱਤ ਤੇਰਾ ਯਾਰ ਨੂੰ ਆਉਂਦੇ ਆਉਂਦੇ ਬੜਾ ਟਾਈਮ ਲੱਗ ਗਿਆ ਅਤੇ ਹੁਣ ਗੀਤ ਆਇਆ, ਇਹਨਾਂ ਵਕਫਾ ਕਿਉਂ ਲੱਗਦਾ ਕਿ ਦਿਮਾਗ 'ਤੇ ਟੈਨਸ਼ਨ ਰਹਿੰਦੀ ਹੈ ਕਿ ਨਹੀਂ ਜੋ ਦੇਵਾਂ ਉਹ ਬੈਸਟ 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 ਦੇਵਾਂ? ਜਿੱਦਾਂ ਕ੍ਰੀਏਟੀਵਿਟੀ ਦੀ ਗੱਲ ਹੁੰਦੀ ਆ ਜੀ, ਇੱਕ ਗਾਣਾ ਹੁੰਦਾ ਕਿ ਮਤਲਬ ਉਹ ਇੱਕ ਕ੍ਰੀਏਟੀਵਿਟੀ ਹੁੰਦੀ ਆ, ਹੈ ਨਾ, ਅਤੇ ਉਹਨੂੰ ਥੋੜ੍ਹਾ ਟਾਈਮ ਵੀ ਲੱਗ ਸਕਦਾ, ਓਕੇ ਮਤਲਬ ਜਲਦੀ ਵੀ ਬਣ ਸਕਦਾ ਅਤੇ ਲੇਟ ਵੀ ਬਣ ਸਕਦਾ। ਅਤੇ ਅੱਤ ਤੇਰਾ ਯਾਰ ਆਉਣ ਨੂੰ ਸਾਲ ਲੱਗ ਗਿਆ ਸੀਗਾ ਕਿ 8 ਸਪਟੰਬਰ ਨੂੰ ਅਸੀਂ ਵੱਖਰਾ ਸਵਾਗ ਕੀਤਾ ਸੀ, 8 ਸਪਟੰਬਰ ਨੂੰ ਕੀਤਾ ਸੀਗਾ ਅੱਤ ਤੇਰਾ ਯਾਰ। ਉਹਦਾ ਮਿਊਜ਼ਿਕ ਮੈਂ 3-4 ਵਾਰੀ ਚੇਂਜ ਕਰਵਾ ਲਿਆ ਸੀ ਵਿੱਚ ਦੀ ਅੱਤ ਤੇਰੇ ਯਾਰ ਦਾ, ਕਿਉਂਕਿ ਮੈਨੂੰ ਪਸੰਦ ਨਹੀਂ ਸੀ ਆ ਰਿਹਾ। ਅਤੇ ਮੈਂ ਚਾਹੁੰਦਾ ਸੀਗਾ ਕਿ ਨਹੀਂ ਯਾਰ ਮਤਲਬ ਇਹ ਹੋਰ ਕੁਛ ਬਣ ਸਕਦਾ, ਇੱਕ ਟੋਪਿਕ ਮੈਨੂੰ ਲੱਗਦਾ ਸੀ ਕਿ ਟੋਪਿਕ ਬਹੁਤ ਵਧੀਆ, ਅਤੇ ਮੈਂ ਚਾਹੁੰਦਾ ਵੀ ਸੀਗਾ ਕਿ ਇਹੀ ਗਾਣਾ ਕਰਨਾ, ਕੋਈ ਹੋਰ ਨਹੀਂ ਕਰਨਾ ਸੀ। ਅਤੇ ਉਹ ਸਾਲ ਦੇ ਵਿੱਚ ਅੱਤ ਤੇਰੇ ਯਾਰ ਦਾ ਮਿਊਜ਼ਿਕ ਸੈੱਟ ਕਰਦੇ ਕਰਦੇ, ਹੈ ਨਾ, ਅਤੇ ਜਿਹੜਾ ਜਦੋਂ ਉਹ ਫਾਈਨਲ ਹੋਇਆ ਅਤੇ ਉਸ ਤੋਂ ਬਾਅਦ ਜਿਹੜੇ ਅਸੀਂ ਉਸੇ ਸਾਲ ਦੇ ਵਿੱਚ ਆਹਲੇ ਸਾਲ ਦੇ ਵੀ ਕੰਮ ਕਰ ਲਏ ਸੀਗੇ ਕਿ ਅਸੀਂ ਹੁਣ ਕੀ ਕਰਨਾ ਅੱਗੇ, ਅਤੇ ਹੁਣ ਮੈਨੂੰ ਲੱਗਦਾ ਜਲਦੀ ਜਲਦੀ ਕਰੂੰਗਾ। ਹੁਣ ਫੈਨਸ ਜਿਹੜੇ ਬੇਸਿਕਲੀ ਜਾਣਨਾ ਚਾਹ ਰਹੇ ਨੇ ਕਿ ਹੁਣ ਕਿੰਨੇ ਇੰਟਰਵਲ ਬਾਅਦ ਤੁਹਾਡੇ ਗੀਤ ਜਿਹੜੇ ਨੇ ਉਹ ਵੇਖਣ ਨੂੰ ਮਿਲਣਗੇ, ਜਾਂ ਕੋਈ ਫਿਲਮ ਪ੍ਰੋਜੈਕਟ ਵੀ ਕੋਈ ਆ ਰਿਹਾ ਤਾਂ ਉਸ ਬਾਰੇ ਵੀ? ਫਿਲਮ ਤਾਂ ਨਹੀਂ, ਮੈਨੂੰ ਲੱਗਦਾ ਜੀ ਪਹਿਲਾਂ ਮੈਂ ਕੀਤਾ ਸੀਗਾ ਇੱਕ ਸਾਲ ਦੇ ਬਾਅਦ ਕੀਤਾ ਅੱਧ ਤੇਰਾ ਯਾਰ, ਅੱਧ ਤੇਰੇ ਯਾਰ ਤੋਂ 6 ਮਹੀਨੇ ਦੇ ਬਾਅਦ ਕੀਤਾ ਤੂੰ ਮੇਰੀ ਕੀ ਲੱਗਦੀ, ਹੁਣ ਲੱਗਦਾ ਮੈਨੂੰ ਲੱਗਦਾ 3 ਮਹੀਨੇ ਬਾਅਦ ਵੀ ਆਜੂਗਾ ਕਿ ਅਗਲਾ ਗਾਣਾ 3 ਮਹੀਨੇ ਬਾਅਦ ਆਜੂਗਾ। ਚਲੋ ਸਾਡੇ ਵੱਲੋਂ ਆਲ ਦਾ ਬੈਸਟ ਹੈ, ਪਰ ਜਿਵੇਂ ਤੁਸੀਂ ਖੁੱਲ੍ਹਾ ਗਾਉਣਾ ਪਸੰਦ ਕਰਦੇ ਹੋ, ਮਾਨਕ ਸਾਹਿਬ ਦੇ ਗੀਤ ਵੀ ਪਸੰਦ ਕਰਦੇ ਹੋ, ਚਾਹਾਂਗੇ ਕੋਈ ਜੇ ਮਾਨਕ ਸਾਹਿਬ ਨੂੰ ਟ੍ਰਿਬਿਊਟ ਤੁਹਾਡੇ ਵੱਲੋਂ ਉਹਨਾਂ ਦੇ ਗੀਤ ਦੇ ਜ਼ਰੀਏ ਹੋ ਜਾਏ, ਉਸ ਖੁੱਲ੍ਹੀ ਗਾਇਕੀ ਨੂੰ ਵੀ ਟ੍ਰਿਬਿਊਟ ਹੋਏ। ਹੋ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ, ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ, ਪਾ ਦੇ ਮੁੰਦਰਾਂ ਕੰਨੀ ਛੁਰੀ ਫੇਰ ਇੱਕ ਵਾਰੀ, ਉਹ ਵੱਖਰਾ ਸਵੈਗ ਨੀ, ਉਹ ਵੱਖਰਾ ਸਵੈਗ ਨੀ, ਉਹ ਵੱਖਰਾ ਸਵੈਗ ਨੀ, ਉਹ ਵੱਖਰਾ ਸਵੈਗ ਨੀ।